ਦਸੂਹਾ ਵਿੱਚ ਨਕਾਬਪੋਸ਼ ਨੌਜਵਾਨਾਂ ਨੇ ਦਿਨ ਦਿਹਾੜੇ ਲੁੱਟਿਆ ਪੈਟਰੋਲ ਪੰਪ। ਦਸੂਹਾ ਦੇ ਨੇੜੇ ਪੈਂਦੇ ਪਿੰਡ ਪੰਡੋਰੀ ਅਰਾਈਆਂ ਵਿਖੇ ਇੱਕ ਪੈਟਰੋਲ ਪੰਪ 'ਤੇ ਲੁੱਟ ਖੋਹ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਪੰਪ ਦੇ ਮੈਨੇਜਰ ਰਾਜੂ ਦਾ ਕਹਿਣਾ ਹੈ ਕਿ ਦੁਪਹਿਰ ਕਰੀਬ 2:15 ਦੋ ਮੋਟਰਸਾਈਕਲ 'ਤੇ ਸਵਾਰ ਚਾਰ ਨਕਾਬਪੋਸ਼ ਨੌਜਵਾਨ ਪੈਟਰੋਲ ਪੰਪ 'ਤੇ ਤੇਲ ਪਾਉਣ ਲਈ ਆਏ। ਤੇਲ ਪਾਉਣ ਤੋਂ ਬਾਅਦ ਉਹ ਮੈਨੇਜਰ ਨਾਲ ਲੜਨ ਲੱਗੇ। ਇਸ ਪਿੱਛੋਂ ਇੱਕ ਹੋਰ ਮੋਟਰਸਾਈਕਲ ਸਵਾਰ ਪੰਪ 'ਤੇ ਆਇਆ ਅਤੇ ਉਸ ਨੇ ਉਸ ਦੇ ਸਾਥੀਆਂ ਦੇ ਰਿਵਾਲਵਰ ਕੱਢ ਕੇ ਮੌਜੂਦ ਮੁਲਾਜ਼ਮਾਂ ਦੇ ਸਿਰ 'ਤੇ ਰੱਖ ਦਿੱਤੇ। ਫਿਰ ਉਹ ਪੰਪ ਵਿੱਚ ਮੌਜੂਦ 2,11,000 ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਫਿਲਹਾਲ SHO ਅਮਰਜੀਤ ਕੌਰ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਛਾਣਬੀਣ ਸ਼ੁਰੂ ਕੀਤੀ ਹੈ। ਪੰਪਰ ਦੋ ਬੰਦੇ ਪਹਿਲੇ ਆਏ ਸਾਡੇ, 200 ਤੇਲ ਪਵਾਇਆ, ਉਹਦੇ ਬਾਅਦ ਪੈਸੇ ਮੰਗਣ ਲੱਗਿਆ ਸੀ ਤਾਂ ਕਹਿੰਦੇ ਕੋਈ ਨਹੀਂ ਮੈਂ ਪੈਸੇ ਦਿੰਦੇ ਪਾਣੀ ਪੀ ਕੇ ਆਰਾਮ ਨਾਲ, ਅਸੀਂ ਭੱਜਾਵਾਂਗੇ। ਤਾਂ ਮੁੜ ਕੇ ਮੈਂ ਕੁਰਸੀ 'ਤੇ ਬੈਠਣ ਲੱਗੇ, ਪਿੱਛੇ ਫਿਰ ਇੱਕ ਮੋਟਰਸਾਈਕਲ ਵਾਲੇ ਆ ਗਏ। ਕੁੱਲ ਆਦਮੀ 'ਚ 5 ਬੰਦੇ ਥੇ, ਪਹਿਲੇ 4 ਆਏ ਥੇ, ਉਸਕੇ ਬਾਅਦ ਇੱਕ ਆ ਕੇ ਮੇਰੇ ਉੱਪਰ ਟੰਗ ਲਿਆ, ਪੈਸਾ ਮੰਗਣ ਲਿਆ, ਪੈਸੇ ਦਿੱਤੇ ਨਹੀਂ ਮੈਂ। ਉਹਦੇ ਬਾਅਦ ਮੇਰੇ ਨਾਲ ਮਾਰਕੁੱਟ ਕਰਨ ਲੱਗੇ, ਮੈਂ ਪੰਪ 'ਚ ਭੱਜਣ ਲੱਗੇ ਅਤੇ ਦਫ਼ਤਰ ਦਾ ਪੈਸੇ ਸੀਗੇ ਉਹ ਲੈ ਕੇ ਚਲੇ ਗਏ, 2,11,000। ਸਾਨੂੰ ਇੱਕ ਫੋਨ ਕਾਲ ਆਈ ਸੀ ਜਿੱਥੋਂ ਇਹ ਇਤਲਾਹ ਮਿਲੀ ਕਿ ਸਾਹਿਬ ਫਿਲਿੰਗ ਸਟੇਸ਼ਨ ਪੰਡੋਰੀ ਅਰਾਈਆਂ ਵਿਖੇ ਖੋਹ ਹੋ ਗਈ ਹੈ। ਮੈਂ ਪੁਲਿਸ ਪਾਰਟੀ ਸਮੇਤ ਇੱਥੇ ਮੌਕੇ 'ਤੇ ਪਹੁੰਚੀ ਹਾਂ। ਸਾਰੇ ਨਾਕੇਬੰਦੀ ਕਰ ਦਿੱਤੀ ਗਈ ਹੈ, ਨਾਕੇ ਨੂੰ ਅਲਰਟ ਕਰ ਦਿੱਤਾ ਗਿਆ ਹੈ, ਨਾਲ ਲੱਗਦੇ ਸਾਰੇ ਥਾਣਿਆਂ 'ਤੇ ਇਤਲਾਹ ਦੇ ਦਿੱਤੀ ਗਈ ਹੈ। ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਊਗਾ। CCTV ਫੁਟੇਜ ਤੋਂ ਅਸੀਂ ਸਾਰੀ ਉਹ ਰਿਕਾਰਡਿੰਗ ਲੈ ਲਈ ਹੈ, ਜਿਸ ਦੇ ਆਧਾਰ 'ਤੇ ਆਪਾਂ ਦੋਸ਼ੀਆਂ ਦੀ ਪਹਿਚਾਣ ਕਰ ਸਕੀਏ।